वेलकम दोस्तों मैं तनु राजपूत ਆਡਾ ਵੈਲਕਮ ਕਰਦਾ ਹਾਂ ਸੋ ਦੋਸਤੋ ਸਰਦਾਰ ਅਲੀ ਸਿੰਗਰ ਸਰਦਾਰ ਅਲੀ ਸਲਾਮਤ ਅਲੀ ਮਾਤੋਈ ਸੋ ਦੋਸਤੋ ਇਹਨਾਂ ਦੀ ਆਵਾਜ਼ ਦੇ ਵਿੱਚ ਹੁਣੇ-ਹੁਣੇ ਇੱਕ ਮੈਂ Song ਪੰਜਾਬੀ ਮੂਵੀ ਸ਼ਾਇਰ ਤੋਂ ਸੁਣਿਆ ਤੇਰੀ ਦੀਦ ਸੋ ਅਫੀਸ਼ੀਅਲ ਵੀਡੀਓ ਦੀ ਆਈ ਸੀਗੀ ਸੋ ਮੈਂ ਪਹਿਲਾ ਰਿਐਕਸ਼ਨ ਕਰਨ ਲੱਗਾ ਸੀ ਮੈਂ ਕਹਾ ਕਾਪੀਰਾਈਟ ਦਾ ਯਾਰ ਚੱਕਰ ਪੈ ਜਾਂਦਾ ਹੈ ਯਾ ਟਾਈਮ ਬਹੁਤ ਵੇਸਟ ਹੋ ਜਾਂਦਾ ਤਾਂ ਉਸ ਲਈ ਆਪਣਾ ਜੋ ਰਿਵਿਊ ਆ ਮੇਰਾ ਜੋ ਰਿਐਕਸ਼ਨ ਮੈਂ ਆਪਣਾ ਐਕਸਪੀਰੀਅੰਸ ਦੇਖਿਆ ਗਾਣਾ ਸੁਣਿਆ ਤਾਂ ਕਿੱਦਾਂ ਦਾ ਲੱਗਾ ਸੋ ਸਤਿੰਦਰ ਸਰਤਾਜ ਦੀ ਯਾਰ ਮੂਵੀ ਜਦੋਂ ਇਹ ਬੰਦਾ ਆਇਆ ਸੀ ਨਾ ਇੰਡਸਟਰੀ ਇਹ ਮੈਨੂੰ ਲੱਗਦਾ ਸੀ ਯਾਰ ਇਹ ਸਿਰਫ ਗਾਇਕੀ ਲਈ ਬਣਿਆ ਜਦੋਂ ਇਸ ਬੰਦੇ ਨੇ ਪੈਰ ਰੱਖਿਆ ਸੀ ਗਾਇਕੀ ਦੇ ਕਦਮ 'ਚ ਸਾਰੇ ਇੱਕ ਸਾਈਡ ਲਾਤੇ ਸੀ ਖੁੰਝੇ ਕਰਤੇ ਸੀ ਸਭ ਸੋ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਕਦੇ ਫਿਲਮਾਂ ਦੇ ਵਿੱਚ ਵੀ ਆਊਗਾ ਸੋ ਉਹਨਾਂ ਨੇ ਇੱਕ ਮੂਵੀ ਕੱਢੀ ਸੀ ਬਲੈਕ ਸੀ ਆਈ ਥਿੰਕ ਇਦਾਂ ਦੀ ਬਲੈਕ ਕੁਸ਼ ਫਿਰ ਉਹਦਾ ਚਲੋ ਠੀਕ ਠਾਕ ਹੀ ਰਹੀ ਨਹੀਂ ਚਲੀ ਲੋਕਾਂ ਨੂੰ ਪਤਾ ਲੱਗਾ ਬਟ ਕਲੀ ਜੋਟਾ ਨਹੀਂ ਇਹਨਾਂ ਨੂੰ ਇੱਕ ਐਕਟਰ ਦੇ ਰੂਪ 'ਚ ਪਹਿਚਾਨ ਦਵਾਈ ਸੋ ਇਹਨਾਂ ਨੇ ਦੋਸਤੋ ਹੁਣ ਸ਼ਾਇਰ ਮੂਵੀ ਕੱਢੀ ਆ ਉਹ ਉਹਦਾ ਗਾਣਾ ਦੀਦ ਸੋ ਦੀਦ ਦੋਸਤੋ ਬਹੁਤ ਸੋਹਣਾ ਗਾਣਾ ਆ ਜੋ ਕਿ ਇੱਕ ਦਰਗਾਹ ਤੇ ਆ ਮੈਨੂੰ ਕੁਛ ਉਹ 9 2009 ਦੀ ਫੀਲਿੰਗ ਵੀ ਆਈ ਜਦੋਂ ਮੂਵੀ ਮੇਲ ਕਰਾ ਦੇ ਰਪਾਈ ਸੀ ਜਦੋਂ ਗਾਣਾ ਆਇਆ ਸੀਗਾ ਰੱਬਾ ਤੇਰੇ ਘਰ ਆ ਕੇ ਮੰਗੀ ਆ ਦੁਆਵਾਂ ਮੈਂ ਓਹੋ ਯਾਰ ਮੈਨੂੰ ਜਦੋਂ ਨੀਰਵਾਜਵਾ ਦੇਖਿਆ ਨਾ ਦਰਗਾਹ ਤੇ ਜਾਂਦੀ ਇੱਕ ਮੈਨੂੰ ਅੰਦਰੋਂ ਫੀਲ ਜੀ ਉਹ ਆਈ ਸੋ ਗਾਣਾ ਤਾਂ ਥੋੜਾ ਮੋਹਰਾ ਮੋਟਾ ਕਿਤੇ ਰਲਦਾ ਮਿਲਦਾ ਜਿਆਦਾ ਨਹੀਂ ਮਿਲਦਾ ਬਟ ਫਿਰ ਵੀ ਦੋਸਤੋ ਮੈਨੂੰ ਉਹ ਵਾਈਬਸ ਉਹ ਨੀਰਵਾਜਵਾ ਦਾ ਚਿਹਰਾ ਮੇਰੇ ਸਾਹਮਣੇ ਆ ਗਿਆ ਜਿੰਮੀ ਸ਼ੇਰਗਿਰ ਤੇ ਇਹਨਾਂ ਦਾ ਯਾਰ ਕਿਆ ਦੋ ਯਾਰ ਦੀ ਫਿਲਮ ਮੇਲ ਕਰਾ ਦੇ ਰੱਬ ਦਾ ਗਾਣਾ ਬਣਾਇਆ ਸੀ ਸੋ ਉਹਦੇ ਕੰਪੈਰੀਜ਼ਨ ਦੇ ਵਿੱਚ ਤਾਂ ਉਹ ਆਪਣੇ ਟਾਈਮ ਦੇ ਵਿੱਚ ਇੱਕ ਵਧੀਆ ਗਾਣਾ ਸੀ ਇਹਨੂੰ ਮੈਂ ਕੰਪੈਰ ਨਹੀਂ ਕਰ ਰਿਹਾ ਇਹਨਾਂ ਨਾਲ ਬਟ ਮੈਂ ਆਪਣੀ ਫੀਲਿੰਗ ਸ਼ੇਅਰ ਕਰ ਰਿਹਾ ਜੀ ਤੁਹਾਡੇ ਨਾਲ ਇਹ ਤੇਰੀ ਦੀ ਦੋਸਤੋ ਬਹੁਤ ਸੋਹਣਾ ਗਾਣਾ ਲਿਖਿਆ ਤੇ ਗਾਇਆ ਗਿਆ ਹੈ ਇੱਕ ਦਰਗਾਹ ਤੇ ਹੈ ਪੀਰਾਂ ਦੀ ਸੋ ਤੁਸੀਂ ਜ਼ਰੂਰ ਦੇਖਿਓ ਇਹ ਗਾਣਾ ਸੋ ਮੂਵੀ 19 ਅਪ੍ਰੈਲ ਨੂੰ ਆ ਰਹੀ ਆ ਸੋ ਸਿਨੇਮਾ ਘਰਾਂ ਦੇ ਵਿੱਚ ਇੱਕ ਫੈਮਿਲੀ ਮੂਵੀ ਹੋਗੀ ਲਵ ਸਟੋਰੀ ਮੂਵੀ ਹੋਗੀ ਸੋ ਪਲੀਜ਼ ਦੇਖਣ ਜਾਓ ਮੇਰੇ ਵੱਲੋਂ ਇਸ ਗਾਣੇ ਨੂੰ 5 ਵਿੱਚੋਂ ਉਰੇ ਪੰਜ ਸਟਾਰ ਦੋਸਤੋ ਤੁਸੀਂ ਆਪਣਾ ਟੇਕ ਦੱਸਿਓ ਤੁਹਾਨੂੰ ਕਿਹੋ ਜਿਹਾ ਲੱਗਾ ਕਿ ਨਹੀਂ ਲੱਗਾ ਸੋ ਮੈਂ ਡਿਸਕ੍ਰਿਪਸ਼ਨ 'ਚ ਲਿੰਕ ਪਾ ਦੂੰਗਾ ਇਹਦਾ ਗਾਣੇ ਦਾ ਪਲੀਜ਼ ਚੈੱਕ ਕਰਕੇ ਦੱਸਿਓ ਸੋ ਥੈਂਕ ਯੂ ਦੋਸਤੋ ਚੈਨਲ ਸਬਸਕ੍ਰਾਈਬ ਕਰਿਓ ਬਾਏ ਬਾਏ